Hey guys, you're watching his production PK. Today I'm going to react on a Punjabi song. The name is most requesting song. Actually, a singer da Sidhu Moose Wala ta da saryan da sanga ਪੰਜਾਬੀਆਂ ਦਾ ਸਾਰਿਆਂ ਦਾ ਫੇਵਰੇਟ ਫਿਲਹਾਲ ਮੇਰਾ ਨਹੀਂ ਹਜੇ ਕਿਉਂਕਿ ਮੈਂ ਤਾਂ ਇਹਨਾਂ ਨੂੰ ਸੁਣਿਆ ਵੀ ਨਹੀਂ ਯਾਰ ਹਜੇ ਤੱਕ ਤੇ ਬਾਕੀ ਨਾਮ ਬਹੁਤ ਸੁਣਿਆ ਪਹਿਲੇ ਵੀ ਕਮੈਂਟਸ 'ਚ ਕਾਫੀ ਤੁਸੀਂ ਨਾਲ ਦੱਸਦੇ ਹੁੰਦੇ ਸੀਗੇ ਮੈਨੂੰ ਜ਼ਰਾ ਅਜੀਬ ਜਿਹਾ ਲੱਗਾ ਮੈਂ ਕਿਹਾ ਪਤਾ ਨਹੀਂ ਕੋਈ ਸੌਂਗ ਦੱਸ ਰਿਹਾ ਸਿੱਧੂ ਮੂਸੇਵਾਲਾ ਮੈਂ ਫਸਟ ਟਾਈਮ ਹੀ ਨਾਮ ਸੁਣਿਆ ਸੀ ਇਹਨਾਂ ਦਾ ਅਤੇ ਉਦੋਂ ਰਿਐਕਸ਼ਨ ਡੇ ਨਹੀਂ ਹੋਇਆ ਸੀਗਾ ਟਾਈਮ ਕਾਫੀ ਲੱਗ ਗਿਆ ਸੀ ਵਾਪਸ ਆਉਂਦੇ ਅਤੇ ਹੁਣ ਆਪਾਂ ਡਾਲਰ ਸੌਂਗ ਦੇ ਸਭ ਤੋਂ ਜ਼ਿਆਦਾ ਰਿਕੁਐਸਟਿੰਗ ਸੌਂਗ ਇਹਨਾਂ ਦਾ ਡਾਲਰ ਸੀਗਾ ਜਿੱਥੇ ਜ਼ਿਆਦਾ ਲਾਈਕ ਆਏ ਹੋਏ ਸੀਗੇ ਅਤੇ ਕਮੈਂਟ ਜ਼ਿਆਦਾ ਕੀਤੇ ਹੋਏ ਸੀ ਲੋਕਾਂ ਨੇ ਅਤੇ ਚਲੋ ਆਪਾਂ ਪਹਿਲੇ ਸੁਣਦੇ ਹਾਂ ਇਸ ਸਿੰਗਰ ਨੂੰ ਫਿਰ ਦੱਸਦੇ ਹਾਂ ਤੁਹਾਨੂੰ ਕਿ ਕਿਹੋ ਜਿਹਾ ਲੱਗਾ ਸੌਂਗ ਕਿਹੋ ਜਿਹਾ ਲੱਗਾ ਸਿੰਗਰ ਓਕੇ ਸਟਾਰਟ ਸਵੈਗ ਪਿਸਟਲ ਫੁੱਲ ਗਾਣੇ ਵਾਲੀ ਬੀਟ ਤੇ ਬੇਸ ਵਾਲੀ ਯੂ ਨੋ ਬੰਦਾ ਵਿੱਚ ਬਸ ਮਲਾਂਗੀ ਹੋ ਕੇ ਰਹਿ ਤਾਂ ਕੇ ਗਾਣਾ ਸੁਣ ਗਿਆ ਨਾ ਘੁੰਮਦਾ ਹੀ ਰਹਿੰਦਾ ਲੱਖਾਂ ਤੇ ਚਾਕੂਆਂ ਨੇ ਮੰਗਦੇ ਨਹੀਂ ਖੋਦੇ ਆ ਅਸੀਂ ਪੁੱਤ ਡਾਕੂਆਂ ਦੇ ਹਉ ਪੱਗ ਇੱਕ ਤੀਰ ਪੁੱਤ ਡਾਕੂਆਂ ਦੇ ਸ਼ਹਿਰਾਂ ਨਾਲ ਨਹੀਂ ਰਲਦਾ ਬਸ ਤਗੜੇ ਇਹਨਾਂ ਨੇ ਸਾਡੇ ਕੱਠੀ ਐਵੇਂ ਹੁੰਦੇ ਜਿਉਂ ਚੜ੍ਹਦੀਆਂ ਜੰਨਾਂ ਨੇ ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ ਗੰਨਾਂ ਨੇ ਆ ਵੀ ਲੈਣ ਅਜੀਬ ਲੱਗੀ ਘਰ ਛੋਟੇ ਗੰਨਾਂ ਨੇ ਖੌਫ ਸਾਡਾ ਪਲਦਾ ਲਾਈਕ ਗੈਂਗਸਟਰ ਪੰਜਾਬੀ ਗੈਂਗਸਟਰ ਜਾਂ ਜਿਹੜੇ ਬਦਲਾ ਲੈਂਦੇ ਆ ਸਹੀ ਤੋਰ ਨਾ ਉਦਾਂ ਦੇ ਡਾਲਰਾਂ ਵਾਂਗੂ ਨੀ ਨਾਮ ਸਦਾ ਚੱਲਦਾ ਫਸਟ ਆਫ ਆਲ ਸੌਂਗ ਆਪਣੀ ਜਗ੍ਹਾ ਬਹੁਤ 44 million ਇਹਨੂੰ ਨਾ ਵਿਊਜ਼ ਮਿਲੇ ਹੋਏ ਆ ਯੂਟਿਊਬ ਦੇ ਉੱਪਰ ਅਤੇ ਡੈਫੀਨੇਟਲੀ ਕਿ ਤੁਸੀਂ ਲੋਕਾਂ ਨੇ ਲਾਈਕ ਕੀਤਾ ਹੋਣਾ ਮੈਨੂੰ ਇੱਡਾ ਖਾਸ ਨਹੀਂ ਲੱਗਾ ਮੈਨੂੰ ਇਸ ਤਰ੍ਹਾਂ ਖਾਸ ਨਹੀਂ ਲੱਗਾ ਯਾਰ ਔਰ ਖਾਸ ਹੋਏਗਾ ਆਪਣੀ ਜਗ੍ਹਾ ਬਟ ਮੇਰੇ ਮੁਤਾਬਿਕ ਨਾ ਇਸ 'ਚ ਕੁਛ ਲੈਣਾ ਇਹੋ ਜਿਹੀਆਂ ਸੀ ਲਾਈਕ ਮਕਾਨ ਸਾਡੇ ਛੋਟੇ ਅਤੇ ਗੰਨਾਂ ਸਾਡੀਆਂ ਮਹਿੰਗੀਆਂ ਅਤੇ ਗੰਨਾਂ ਸਾਡੀਆਂ ਵੱਡੀਆਂ ਅਤੇ ਇਹੋ ਜਿਹਾ ਹੀ ਲੱਗ ਰਿਹਾ ਜੀ ਇਹ ਗਾਣਾ ਉਦੋਂ ਸਹੀ ਲੱਗਦਾ ਤੁਹਾਡੇ ਕੋਲ ਜਿਹਨਾਂ ਨੇ ਜੇਬ 'ਚ ਤੁਹਾਡੇ ਸੈਲਰੀ ਆਈ ਹੋਵੇ 2-3 ਤਰੀਕ ਹੋਵੇ ਅਤੇ ਯਾਰ ਵੇਲੀ ਨਾਲ ਹੋਣ ਦਾ ਪੱਬ ਸ਼ਬ 'ਤੇ ਜਾਂਦਾ ਚੰਗਾ ਲੱਗਦਾ ਗੁੰਡਿਆਂ ਨਾਲ ਫਿਰਦਾ ਚੰਗਾ ਲੱਗਦਾ ਜਦੋਂ ਜੇਬ 'ਚ ਰੁਪਈਏ ਹੀ ਨਾ ਹੋਣ ਹੈ ਉਸ ਤੋਂ ਬਾਅਦ ਤੁਹਾਡੇ ਇੱਦਾਂ ਦੇ ਗਾਣੇ ਸੁਣਨ ਦਾ ਮਜ਼ਾ ਕਿੱਥੋਂ ਆਉਣਾ ਤੁਹਾਨੂੰ ਅਤੇ ਖਾਲੀ ਢਿੱਡ ਹੀ ਤੁਸੀਂ ਬੇਸ 'ਚ ਗਾਣੇ ਸੁਣੀ ਜਾਓ ਡਾਲਖਾਂ ਵਰਗੇ ਨੀ ਯਾਰ ਤੇਰਾ ਚੜ੍ਹਦਾ ਪਤਾ ਨਹੀਂ ਲੱਥਦਾ ਗਿਆ ਉੱਤੇ ਟੱਪਦਾ ਕਿੱਥੇ ਕਿੱਥੇ ਜਾਂਦਾ
ਤੇ ਬਾਕੀ ਇਹ ਹੈ ਕਿ ਗਾਣਾ ਜਿਨ੍ਹਾਂ ਕੋਲ ਲੰਗਰ ਪਾਣੀ ਹੈਗਾ ਉਹਨਾਂ ਲਈ ਗਾਣਾ ਠੀਕ ਆ, ਬਦਮਾਸ਼ ਟਾਈਪ ਜਿਹੜੇ ਨਹੀਂ ਹੁੰਦੇ ਪੰਜਾਬੀ ਅਤੇ ਮੁੱਛਾਂ ਰੱਖੀਆਂ ਵੱਡੇ ਵੱਡੇ ਅਤੇ ਉੱਦਾਂ ਉਹਨਾਂ ਲਈ ਠੀਕ ਆ। ਪਰ ਵੈਸੇ ਮੰਮੀ ਡੈਡੀ ਮੈਂ ਜਿਹੜਾ ਯੰਗ ਜਨਰੇਸ਼ਨ ਆ ਉਹਨਾਂ ਨੂੰ ਸੂਟ ਨਹੀਂ ਕਰੇਗਾ ਇਹ ਸੌਂਗ। ਅਤੇ ਬਾਕੀ ਖੈਰ ਤੁਸੀਂ ਸੁਜੈਸਟ ਕੀਤਾ, ਥੈਂਕ ਯੂ ਸੋ ਮਚ। ਸਿੰਗਰ ਦੇ ਬਾਰੇ ਗੱਲ ਕਰੀ, ਸਿੰਗਰ ਦੀ ਆਵਾਜ਼ ਬਹੁਤ ਤਗੜੀ, ਇੱਕ ਮਤਲਬ ਕਿ ਕਹਿ ਦਿਓ ਕਿ ਜੋਸ਼ ਜਿਹਾ ਨਹੀਂ ਆਉਂਦਾ ਬੰਦੇ ਦੇ, ਉਹ ਉੱਦਾਂ ਦਾ ਫੀਲਿੰਗ ਜੀ ਹੋ ਰਹੀ ਸੀਗੀ ਕਿ ਲੜਾਕੂ ਟਾਈਪ ਜਿਹਾ ਹੁੰਦਾ, ਇੱਕ ਨੈਚੁਰਲ ਵਿੱਚੋਂ ਆਵਾਜ਼ ਆਉਂਦੀ ਜਿਸ ਤਰ੍ਹਾਂ, ਅਤੇ ਉਹ ਚੀਜ਼ ਮੈਂ ਦੇਖੀ ਹੈ ਇਸ ਦੇ ਵਿੱਚ। ਅਤੇ ਬਾਕੀ ਨਿਊ ਸੌਂਗ ਡੈਫੀਨੇਟਲੀ ਇਹਨਾਂ ਦੇ ਬਾਕੀ ਸੌਂਗਸ ਹੋਣਗੇ ਡਿਫਰੈਂਟ ਹੋਣਗੇ, ਅਤੇ ਉਹ ਆਪਾਂ ਜ਼ਰੂਰ ਰਿਐਕਸ਼ਨ ਦਿਆਂਗੇ ਉਹਦੇ 'ਤੇ, ਸੁਣਾਂਗੇ। ਯਾਰ ਯਕੀਨ ਕਰੋਗੇ ਮੈਂ ਹਜੇ ਤੱਕ ਕੋਈ ਸੌਂਗ ਨਹੀਂ ਸੁਣਿਆ ਇਹਨਾਂ ਦਾ। ਹਾਂ ਟਿਕਟੋਕ ਮੈਂ ਦੇਖਦਾ ਰਹਿੰਦਾ, ਉਹਦੇ ਵਿੱਚ ਮੇ ਬੀ ਕੋਈ ਟ੍ਰੈਂਡਿੰਗ ਟ੍ਰੁੰਡਿੰਗ ਵਿੱਚ ਘੁੰਮਦਾ ਹੋਵੇ ਪੰਜਾਬੀ, ਅਤੇ ਬਾਕੀ ਵੀਡੀਓ ਨਹੀਂ ਹਜੇ ਤੱਕ ਮੈਂ ਇਹਨਾਂ ਦੀ ਕੋਈ ਦੇਖੀ, ਪ੍ਰੋਪਰ ਕੋਈ ਦੇਖੀ ਹੋਵੇ। ਅਤੇ ਖੈਰ ਆਪਾਂ ਤੁਹਾਡੇ ਨਾਲ ਹੀ ਦੇਖਾਂਗੇ ਅੱਗੇ ਵੀਡੀਓਜ਼ 'ਚ, ਅਤੇ ਅਗਲੀ ਵੀਡੀਓ ਲਈ ਇਜਾਜ਼ਤ ਦਿਓ ਅਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ। ਕਮੈਂਟ 'ਚ ਮਸਟ ਤੁਸੀਂ ਦੱਸਿਆ ਕਰੋ ਆਪਣਾ ਵੀ ਆਪਣਾ ਮਤਲਬ ਕਿ ਰਿਵਿਊ ਜੋ ਤੁਸੀਂ ਦੇਖਣਾ ਚਾਹੁੰਦੇ ਹੋ, ਅਤੇ ਤੁਹਾਨੂੰ ਕਿਹੋ ਜਿਹੀ ਲੱਗੀ ਵੀਡੀਓ, ਅਤੇ ਕੋਈ ਕਮੀ ਹੋ ਕੋਈ ਕਮੀ ਪੇਸ਼ੀ ਹੁੰਦੀ ਹੈ ਅਤੇ ਉਹਦੇ ਲਈ ਮਾਜ਼ਰਤ। ਅਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦਿਓ, ਇੱਥੇ ਕਿੱਥੇ ਘੁੰਮਦਾ ਹੋਣਾ ਬਟਨ, ਅਤੇ ਆ ਚੈਨਲ ਫੇਸਬੁੱਕ ਦਾ ਅਤੇ ਫਲਾਂ ਟਵਿੱਟਰ ਦਾ ਅਤੇ ਇੰਸਟਾਗ੍ਰਾਮ ਦਾ ਲਿੰਕ ਵੀ ਆ, ਅਤੇ ਮਸਟ ਜਾ ਕੇ ਉੱਥੇ ਵੀ ਫੋਲੋ ਕਰੋ। ਅਤੇ ਥੈਂਕ ਯੂ ਸੋ ਮਚ, ਟੇਕ ਕੇਅਰ ਐਂਡ ਅੱਲਾ ਹਾਫਿਜ਼।